ਸਰ ਵਾਕਿਆ ਤਾਂ ਮੈਂ ਬਹੁਤ ਟਾਈਮ ਦਾ ਦੱਸ ਚੁੱਕੀ ਹਾਂ ਸਾਰਿਆਂ ਨੂੰ, ਹੈ ਨਾ, ਕਿ ਇਹ ਇੱਕ ਕਾਮਨ ਜਿਹਾ ਵਾਕਿਆ ਸੀਗਾ ਦਾਰੂ ਪੀ ਕੇ, ਜਿਵੇਂ ਲੋਕ ਪਰੇਸ਼ਾਨ ਕਰਦੇ ਨੇ ਆਰਟਿਸਟ ਨੂੰ, ਆਪਦੀ ਪ੍ਰੋਪਰਟੀ ਸਮਝ ਲੈਂਦੇ ਨੇ, ਪਰ ਸਾਰੇ ਦਾਰੂ ਪੀਣ ਵਾਲੇ ਨੇ, ਬਹੁਤ ਸਾਰੇ ਇਵੇਂ ਦੇ ਦਾਰੂ ਪੀਣ ਵਾਲੇ ਲੋਕ ਨੇ ਜਿਹੜੇ ਆ ਕੇ ਸਾਡੇ ਕੋਲ ਫੋਟੋਆਂ ਖਿਚਾਉਂਦੇ ਨੇ, ਸਾਡੀ ਰਿਸਪੈਕਟ ਕਰਦੇ ਨੇ। ਮੈਂ ਕੁਛ ਕੁ ਚੁਣਿੰਦੇ ਬੰਦਿਆਂ ਨਾਲ ਗੱਲ ਕਰ ਰਹੀ ਹਾਂ ਕਿ ਉਹ ਕੀ ਕਹਿੰਦੇ ਨੇ ਕਿ ਤੁਸੀਂ ਨੀਚੇ ਫਲੋਰ ਤੇ ਆ ਕੇ ਡਾਂਸ ਕਰੋ, ਇਹ ਡਿਮਾਂਡ ਹੁੰਦੀ ਹੈ। ਅਕਸਰ ਵੀ ਤੁਸੀਂ ਹੋਰ ਆਰਟਿਸਟ ਨੂੰ ਵੀ ਇਹ ਗੱਲ ਪੁੱਛ ਸਕਦੇ ਹੋ। ਆਰਟਿਸਟ ਵਿਚਾਰਾ ਕਈ ਵਾਰ ਚਲਾ ਵੀ ਜਾਂਦਾ ਆ ਕਿ ਮਜਬੂਰੀ ਸਮਝ ਕੇ ਜਾਂ ਕੁਛ ਸਮਝ ਕੇ, ਹੋਣਾ ਮੈਂ ਵੀ ਚਲ ਜਾਂਦੀ ਹੁੰਦੀ ਹਾਂ ਸਟੇਜ ਤੋਂ ਨੀਚੇ ਜਦੋਂ ਕਿ ਲੇਡੀਜ਼ ਮੈਨੂੰ ਬੁਲਾਉਣ ਜਾਂ ਆਪਣੇ ਬੱਚੇ ਵਗੈਰਾ, ਹੈ ਨਾ, ਜਿਵੇਂ ਹੁੰਦੇ ਲੇਡੀਜ਼, ਮੇਰੀਆਂ ਕਾਫੀ ਵੀਡੀਓਜ਼ ਹੈਗੀਆਂ ਨੇ ਜਿਹੜੀਆਂ ਲੇਡੀਜ਼ ਵਗੈਰਾ ਦੇ ਨਾਲ ਮੈਂ ਡਾਂਸ ਕਰ ਰਹੀ ਹਾਂ, ਹੈ ਨਾ। ਤੇ ਕੱਲ ਵੀ ਇੱਦਾਂ ਹੀ ਹੋਇਆ ਸੀਗਾ ਜੀ, ਕੱਲ ਮੈਂ ਡਾਂਸ ਕਰ ਰਹੀ ਸੀਗੀ ਆਪਣਾ ਇੱਕ ਕੀ ਕਹਿੰਦੇ ਉਹਨੂੰ ਸਟੇਜ ਤੇ ਡਾਂਸ ਕਰ ਰਹੀ ਸੀਗਾ, ਮੈਨੂੰ ਉਹਦਾ ਡਾਂਸ ਬੈਣੀਪਾਲ ਡੀਜੇ ਸੀਗਾ ਕੁਛ, ਉਹਨਾਂ ਨੇ ਮੈਨੂੰ ਡੇਟ ਬੁੱਕ ਕਰਵਾਈ ਸੀ। ਤੇ ਇਹ ਉਸ ਬੰਦਿਆਂ ਦਾ ਹਲੇ ਤੱਕ ਨਾਮ ਦੱਸ ਨਹੀਂ ਰਹੇ ਜਿਨ੍ਹਾਂ ਨੇ ਡਿਸਰਿਸਪੈਕਟ ਕੀਤੀ ਆ। ਮੈਂ ਤੁਹਾਨੂੰ ਇੱਕ ਮਿੰਟ ਰੁਕੋ, ਵੀਡੀਓ ਦਿਖਾਨੀ ਆ ਉਸ ਤੋਂ, ਉਸ ਵਾਕਿਆ ਹੋਣ ਤੋਂ ਪਹਿਲਾਂ ਦੀ ਇੱਕ ਵੀਡੀਓ ਦਿਖਾਉਣਾ ਚਾਹੁੰਦੀ ਹਾਂ ਮੈਂ ਤੁਹਾਨੂੰ। ਇਹ ਬੱਚੇ ਜਿਹੜੇ ਨੇ ਮੇਰੇ ਨਾਲ ਉਸੇ ਸ਼ੋਅ ਤੇ ਪਰਫਾਰਮ ਕਰ ਰਹੇ ਨੇ, ਜਿਵੇਂ ਲੋਕੀ ਕਹਿੰਦੇ ਨੇ ਕਿ ਇਹ ਜਿਹੜੇ ਤੁਹਾਨੂੰ ਲਾਈਵ ਦਿਖਾਇਆ ਜਾ ਰਿਹਾ ਹੁਣੇ, ਇਹ ਬੱਚੇ ਇਹਨਾਂ ਦੇ ਖੁਦ ਦੇ ਹੀ ਨੇ ਜਿਨ੍ਹਾਂ ਨੇ ਡਿਸਰਿਸਪੈਕਟ ਕੀਤੀ ਹੈ। ਚਲੋ ਮੈਂ ਇਹ ਨਹੀਂ ਕਹਿੰਦੇ ਕਿ ਇਹਨਾਂ ਦੇ ਕੁਛ ਲੱਗਦੇ ਹੋਣਗੇ ਜਾਂ ਬਾਹਰੋਂ ਆਏ ਹੋਣਗੇ ਜਿਨ੍ਹਾਂ ਨੇ ਡਿਸਰਿਸਪੈਕਟ ਕੀਤੀ ਆ, ਇਹ ਬੱਚੇ ਮੇਰੇ ਨਾਲ ਹੀ ਉਸੇ ਵਿਆਹ ਤੇ ਪਰਫਾਰਮ ਕਰ ਰਹੇ ਸੀਗੇ। ਤੇ ਇਹ ਜਿਹੜੇ ਲੋਕ ਕਹਿੰਦੇ ਨੇ ਕਿ ਇਧਰਲੀ ਸਾਈਡ ਤੇ ਆ ਕੇ, ਸਾਡੀ ਵਾਲੀ ਸਾਈਡ ਤੇ ਆ ਕੇ ਸਾਨੂੰ ਨੱਚ ਕੇ ਨੱਚ, ਮਤਲਬ ਸਾਡੇ ਸਾਹਮਣੇ, ਠੀਕ ਆ ਜੀ, ਓਕੇ, ਮੈਂ ਵੀ ਇੱਕ ਡਾਂਸਰ ਆ, ਮੈਨੂੰ ਇਸ ਕਹਿਣ ਚ ਸ਼ਰਮ ਨਹੀਂ ਆਉਂਦੀ। ਹਾਂ ਵੀ ਆ ਡਾਂਸਰਸ, ਕਿਉਂਕਿ ਅਗਰ ਆਪਾਂ ਡਾਂਸ ਕਰ ਰਹੇ ਹਾਂ, ਡਾਂਸ ਹੈ ਕਿ ਇੰਗਲਿਸ਼ ਦਾ ਵਰਡ ਹੁੰਦਾ ਹੈ ਜੀ, ਸਿੱਧੀ ਜਿਹੜੀ ਗੱਲ ਹੈ, ਹੈ ਨਾ। ਕਈ ਲੋਕੀ ਕਹਿੰਦੇ ਲੈ ਡਾਂਸਰਾਂ ਨਹੀਂ ਕਹਿਣਾ, ਡਾਂਸ, ਹਾਂ ਡਾਂਸਰਾਂ ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬੀ ਕਹਿ ਹੀ ਦਿੰਦੇ ਹੁੰਦੇ ਆ, ਪੰਜਾਬੀ ਦੀ ਟੋਨ ਹੀ ਇੱਦਾਂ ਬੋਲਣ ਵਾਲੀ ਹੁੰਦੀ ਆ। ਪਰ ਗੱਲ ਮੁੱਦੇ ਦੀ ਇਹ ਆ ਕਿ ਤੁਸੀਂ ਥੋੜਾ ਜਿਹਾ ਫਰਕ ਸਮਝਿਆ ਕਰੋ ਕਿ ਡਾਂਸਰਸ ਦੇ ਵਿੱਚ ਤੇ ਜਿਹੜੀਆਂ ਕੁੜੀਆਂ ਦੂਸਰੀਆਂ ਹੁੰਦੀਆਂ ਨੇ ਕਿ ਹਾਂ ਤੁਹਾਡੀਆਂ ਕਹਿਣਾ ਹੀ ਮੰਨ ਲੈਂਦੀਆਂ ਨੇ, ਕਈਆਂ ਦੀਆਂ ਵਿਚਾਰੀਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ। ਹੁਣ ਮੇਰੇ ਪੇਰੈਂਟਸ ਜਿਹੜੇ ਨੇ ਪਹਿਲਾਂ ਮੈਨੂੰ ਸਪੋਰਟ ਨਹੀਂ ਸੀ ਕਰਦੇ, ਹੁਣ ਮੇਰੇ ਪੇਰੈਂਟਸ ਮੇਰੇ ਨਾਲ ਸਪੋਰਟਿਵ ਨੇ, ਹੁਣ ਨਹੀਂ, ਮਤਲਬ ਜਿਵੇਂ ਵੀ ਮੈਂ ਧੀਰੇ ਧੀਰੇ 5-6 ਸਾਲ ਤੋਂ ਮੈਨੂੰ ਸਪੋਰਟ ਕਰ ਰਹੇ ਨੇ ਕਿ ਸਾਡੀ ਕੁੜੀ ਭਾਈ ਲੱਛਰਤਾ ਨਹੀਂ ਕਰਦੀ ਹੈਗੀ। ਤੁਸੀਂ ਮੇਰੀਆਂ ਵੀਡੀਓਜ਼ ਵਗੈਰਾ, ਕੱਲਾ ਮੈਂ ਇਹ ਨਹੀਂ ਕਹਿ ਰਹੀ ਹੈਗੀ, ਹੋਰ ਵੀ ਬਹੁਤ ਸਾਰੇ ਆਰਟਿਸਟ ਨੇ, ਹਾਂਜੀ ਹਾਂਜੀ, ਮੇਰੇ ਵੱਲੋਂ ਮਨਾ ਕੀਤਾ ਜਾਂਦਾ ਕਿ ਮੈਂ ਸਟੇਜ ਦੇ ਨੀਚੇ ਨਹੀਂ ਆਉਣਾ, ਕਿਉਂਕਿ ਮੈਨੂੰ ਵੀ ਪਤਾ ਵਾ ਕਿ ਅੱਗੇ ਸ਼ਰਾਬੀ ਬੈਠੇ, ਅੱਗੇ ਸ਼ਰਾਬੀ ਖੜੇ ਨੇ, ਮੈਂ ਨੀਚੇ ਜਾ ਕੇ ਡਾਂਸ ਨਹੀਂ ਕਰਨਾ। ਤੇ ਇਹਨਾਂ ਨੇ ਇੱਕ ਗਾਣਾ ਲਾਇਆ, ਇਹਨਾਂ ਨੇ ਗਾਣਾ ਲਾਇਆ ਕਿ ਅਸੀਂ ਜੱਟ ਹੁੰਦੇ ਹਾਂ ਚੱਕ ਲਾਂਗੇ, ਏਦਾਂ ਦਾ ਕੁਛ ਗਾਣਾ ਆ। ਤੇ ਮੈਂ ਜਿੱਦਾਂ ਬੋਲੀ ਇੱਕ ਮਾਰੀ ਦੀ ਆ, ਆਪਾਂ ਕਹਿੰਦੇ ਚੁਗਲਬੰਦੀ ਜਿਹਨੂੰ ਕਹਿੰਦੇ ਆ, ਤੇ ਚੁਗਲਬੰਦੀ ਦੇ ਵਿੱਚ ਮੈਂ ਮਾਈਕ ਫੜ ਕੇ ਇਹਨਾਂ ਨੂੰ ਇਹ ਜਵਾਬ ਦਿੱਤਾ ਸੀਗਾ ਕਿ ਦੇਖੋ ਇੱਦਾਂ ਕਿੱਦਾਂ ਚੱਕ ਲੂੰਗੇ, ਅੱਗੇ ਵੀ ਜੱਟਾਂ ਦੀ ਕੁੜੀ ਆ। ਮੈਂ ਸਿਰਫ ਇੰਨੀ ਗੱਲ ਕਹੀ, ਦੇਖੋ ਆਪਾਂ ਲੇਡੀ ਸੰਗੀਤ ਕਰਦੇ ਹਾਂ, ਲੇਡੀ ਸੰਗੀਤ ਦੇ ਵਿੱਚ ਆਪਾਂ ਚੁਗਲਬੰਦੀਆਂ ਕਰਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਉਹ ਵਿਆਹ ਦਾ ਸਮਾਗਮ ਸੀ। ਆਪਾਂ ਵਿਆਹ ਦੇ ਸਮਾਗਮ ਦੇ ਵਿੱਚ ਵਿਆਹ ਦੇ ਤਰੀਕੇ ਨਾਲ ਜਵਾਬ ਦਿੱਤਾ ਜਾਂਦਾ ਹੈ ਜੀ, ਹਾਂਜੀ ਹਾਂਜੀ। ਤੇ ਇੱਕ ਉਹ ਜਵਾਬ ਮੈਂ ਬੋਲੀ ਪਾਈ ਸੀਗੀ, ਹੈ ਨਾ। ਤੇ ਇਹਨਾਂ ਨੇ ਕਿਹਾ ਕਿ ਮੈਨੂੰ ਕਹਿੰਦੇ ਕਿ ਤੁਸੀਂ ਨਾ ਸਟੇਜ ਤੋਂ ਥੱਲੇ ਜਾਓ, ਮੈਨੂੰ ਕਹਿੰਦੇ ਆ। ਮੈਂ ਚੱਲ ਜਾਂਦੀ ਹਾਂ ਜੀ, ਮੈਂ ਚੱਲ ਗਈ ਨੀਚੇ, ਫਿਰ ਮੈਨੂੰ ਆਰਗਨਾਈਜ਼ਰ ਕਹਿੰਦਾ ਹੈ ਕਿ ਤੁਸੀਂ ਸਟੇਜ ਤੇ ਜਾਓ ਨਹੀਂ ਤਾਂ ਪੇਮੈਂਟ ਨਹੀਂ ਮਿਲਣੀ। ਮੈਂ ਸਟੇਜ ਤੇ ਜਾ ਕੇ, ਤੁਸੀਂ ਵੀਡੀਓਜ਼ ਦੇਖਿਆ ਹੋਣਾ, ਮੈਂ ਲਾਸਟ ਤੇ ਇਕੱਲੀ ਖੜੀ ਹਾਂ ਉੱਥੇ। ਔਰ ਫਿਰ ਮੈਨੂੰ ਫਿਰ ਦੁਬਾਰਾ ਕਿਹਾ ਜਾਂਦਾ ਹੈ ਕਿ ਤੂੰ ਨੀਚੇ ਆ, ਫਿਰ ਦੂਸਰਾ ਬੰਦਾ ਕਹਿ ਰਿਹਾ ਤੂੰ ਜਾ, ਤੀਸਰਾ ਬੰਦਾ ਕਹਿ ਰਿਹਾ ਨਹੀਂ ਨੱਚ, ਦੂਜਾ ਕਹਿ ਰਿਹਾ ਨਹੀਂ ਜਾ। ਤੇ ਮੈਨੂੰ ਉੱਥੇ ਮੇਰਾ ਦਿਮਾਗ ਹਿੱਲ ਗਿਆ ਕਿ ਮੈਂ ਕਰਾਂ ਤੇ ਕਰਾਂਗੀ, ਹੈ ਨਾ। ਤੇ ਮੈਂ ਕਿਹਾ ਮੈਂ ਨਹੀਂ ਜਾਂਦੀ, ਜਾਓ, ਠੀਕ ਹੈ, ਮੈਂ ਨਹੀਂ ਜਾਂਦੀ, ਮੈਂ ਅੜ ਗਈ ਉੱਥੇ।
ਤੇ ਅੜ ਗਈ ਜਦੋਂ ਤੇ ਫਿਰ ਦੂਸਰੇ ਬੰਦੇ ਨੇ ਮੈਂ ਕਿਹਾ ਅਸੀਂ ਮੈਂ ਤੁਸੀਂ ਧਿਆਨ ਨਾਲ ਉਹ ਵੀਡੀਓ ਸੁਣੀਓ ਮੈਂ ਜਿਹੜੀ ਇਹਨਾਂ ਨੇ ਵਾਇਰਲ ਤਾਂ ਵੈਸੇ ਮੈਨੂੰ ਗਿਰਾਉਣ ਵਾਸਤੇ ਕੀਤੀ ਆ ਕਿ ਕੁੜੀ ਦੀ ਸ਼ਬਦਾਵਲੀ ਦੇਖੋ ਜਾਂ ਕਿੱਦਾਂ ਹਨਾ ਤੇ ਉੱਥੇ ਉਸ ਲਫ਼ਜ਼ਾਂ ਦਾ ਮਤਲਬ ਮੈਂ ਤੁਹਾਨੂੰ ਹੁਣ ਸਾਰਾ ਦੱਸਦੀ ਹਾਂ ਤੇ ਉੱਥੇ ਉਹਨਾਂ ਨੇ ਕੀ ਕੀਤਾ ਮੈਨੂੰ ਕਹਿੰਦੇ ਜਾਓ ਤੇ ਮੈਂ ਕਿਹਾ ਮੈਂ ਉੱਥੇ ਅੜ ਗਈ ਜਦੋਂ ਮੈਂ ਅੜ ਗਈ ਤੇ ਉਹਨਾਂ ਨੂੰ ਲੱਗਿਆ ਕਿ ਸਾਡੀ ਈਗੋ ਹਰਟ ਹੋ ਗਈ ਆ ਮੁੰਡਿਆਂ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਮੈਨੂੰ ਮੇਰੇ ਵੱਲ ਇੱਕ ਮੁੰਡੇ ਨੇ ਗਲਾਸ ਚੱਕ ਕੇ ਮਾਰਿਆ ਮੈਂ ਕਿਹਾ ਕਿ ਮੈਂ ਇਹ ਤੁਸੀਂ ਧਿਆਨ ਨਾਲ ਵੀਡੀਓ ਸੁਣੀ ਮੈਂ ਇਹ ਗੱਲ ਕਹਿ ਰਹੀ ਸੀ ਅਸੀਂ ਪਰਫਾਰਮ ਕਰਦੇ ਹਾਂ ਤੁਹਾਡਾ ਮਤਲਬ ਕਿ ਸਾਨੂੰ ਗਾਲਾਂ ਕੱਢਣ ਦਾ ਮੈਂ ਵੀ ਕੁਛ ਲਫ਼ਜ਼ ਬੋਲੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਗਲਾਸ ਮਾਰਿਆ ਦੈਨ ਮੈਂ ਜਦੋਂ ਮੈਨੂੰ ਆਰਗਨਾਈਜ਼ਰ ਨੇ ਅੱਗੇ ਆ ਗਿਆ ਉਹ ਬੰਦਾ ਜਿਹਨੇ ਮੇਰਾ ਬਚਾਵ ਕੀਤਾ ਹਨਾ ਗਲਾਸ ਮੇਰੇ ਵੱਜਣ ਨਹੀਂ ਦਿੱਤਾ ਉਹਨੇ ਫੜ ਕੇ ਮੈਨੂੰ ਅੰਦਰ ਲੈ ਕੇ ਗਿਆ ਉਹ ਅੰਦਰ ਲੈ ਕੇ ਜਾਂਦਿਆਂ ਹਾਲੇ ਕਿ ਮੇਰਾ ਕੋਈ ਗਾਲਾਂ ਕੱਢਣ ਦਾ ਕੋਈ ਮਤਲਬ ਨਹੀਂ ਸੀ ਮੈਂ ਗਾਲਾਂ ਇਸ ਕਰਕੇ ਕੱਢੀਆਂ ਮੇਰਾ ਮਤਲਬ ਇਹ ਸੀ ਕਿ ਗਲਾਸ ਜਿਹੜਾ ਉਹਨੇ ਮੇਰੇ ਮਾਰਿਆ ਹੈ ਨਾ ਉਹ ਗਲਾਸ ਚੱਕ ਕੇ ਉਹਦੇ ਸਿਰ ਚ ਮਾਰਾਂ ਮੈਂ ਗਾਲਾਂ ਨਹੀਂ ਸੀ ਕੱਢਣੀਆਂ ਮੈਂ ਗਾਲਾਂ ਕੱਢਦੀ ਨਹੀਂ ਹੁੰਦੀ ਮੈਂ ਗਲਾਸ ਚੱਕ ਕੇ ਉਹਦੇ ਸਿਰ ਚ ਮਾਰਨਾ ਸੀ ਤੇ ਪਰ ਇਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਜਿਹਦੇ ਕਰਕੇ ਗੁੱਸੇ ਚ ਮੇਰੇ ਕੋਲੋਂ ਗਾਲਾਂ ਕੱਢੀਆਂ ਗਈਆਂ ਨਹੀਂ ਜੀ ਉਹਦੇ ਵਿੱਚ ਸ਼ਰਾਬ ਸੀਗੀ ਜੀ ਬਿਲਕੁਲ ਜੀ ਸਟੇਜ ਤੇ ਚੜ੍ਹਦੇ ਨੇ ਪਹਿਲੀ ਗੱਲ ਤਾਂ ਸਟੇਜ ਤੇ ਚੜ੍ਹਨ ਦਾ ਮਤਲਬ ਨਹੀਂ ਹੁੰਦਾ ਸਟੇਜ ਆਰਟਿਸਟ ਵਾਸਤੇ ਹੁੰਦੀ ਆ ਔਰ ਫਲੋਰ ਜਿਹੜਾ ਹੁੰਦਾ ਆ ਉਹ ਆਡੀਅੰਸ ਲਈ ਹੁੰਦਾ ਵਾ ਸਟੇਜ ਪਰਫੋਰਮ ਸਟੇਜ ਤੇ ਆਰਟਿਸਟ ਪਰਫੋਰਮ ਕਰੇਗਾ ਤੇ ਫਲੋਰ ਤੇ ਆਡੀਅੰਸ ਪਰਫੋਰਮ ਕਰੇਗੀ ਬਟ ਕੋਈ ਗੱਲ ਨਹੀਂ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਜਿਹੜੇ ਆ ਕੇ ਥੋੜੀ ਦੇਰ ਲਈ ਨੱਚਦੇ ਨੇ ਜੇ ਕਈਆਂ ਨੂੰ ਸ਼ੌਂਕ ਹੁੰਦਾ ਚਾਹ ਹੁੰਦਾ ਹਨਾ ਤੇ ਉਹ ਆਉਂਦੇ ਨੇ ਕੋਈ ਗੱਲ ਨੀ ਉੱਪਰ ਪੈਸੇ ਸਿਰਦੇ ਨੇ ਫਿਰ ਆਪਣਾ ਚੁੱਪ ਚਾਪ ਨੀਚੇ ਚਲ ਜਾਂਦੇ ਨੇ ਕੋਈ ਬਦਸਲੂਕੀ ਨੀ ਕਰਦੇ ਕੋਈ ਕੁਛ ਨੀ ਕਰਦੇ ਨਾ ਤੇ ਕਈ ਜਿਹੜੀ ਆ ਜਿਹੜੀ ਬਦਸਲੂਕੀ ਹੋਈ ਹੈ ਇਹ ਤਾਂ ਸਟੇਜ ਤੇ ਵੀ ਚੜ੍ਹੇ ਆਏ ਨੇ ਬਦਸਲੂਕੀ ਤਾਂ ਬਦਤਮੀਜ਼ ਨੇ ਨੀਚੇ ਹੀ ਬੈਠੇ ਨੇ ਕਰਤੀ ਠੀਕ ਹੈ ਨਾ ਜਿਨ੍ਹਾਂ ਨੇ ਬਦਤਮੀਜ਼ੀ ਕਰਨੀ ਉਹਨਾਂ ਨੇ ਨੀਚੇ ਵੀ ਕਰ ਦੇਣੀ ਹੈ ਸਟੇਜ ਦੇਖੋ ਜੀ ਰੂਟੀਨ ਦੇ ਵਿੱਚ ਮੈਨੂੰ 12-13 ਸਾਲ ਕੰਮ ਹੋ ਗਿਆ ਕਰਦੀ ਨਹੀਂ ਮੈਨੂੰ ਬਹੁਤ ਚੀਜ਼ਾਂ ਨੂੰ ਮੈਂ ਫੇਸ ਕੀਤਾ ਆ ਜਿੱਥੇ ਲੋਕ ਇਸ਼ਾਰੇ ਕਰਦੇ ਆਪਾਂ ਇਗਨੋਰ ਕੀਤਾ ਮੈਂ ਲੜ ਪੈਂਦੀ ਸੀ ਪਹਿਲਾਂ ਵੀ ਲੜ ਪੈਂਦੀ ਸੀ ਐਕਚੁਅਲੀ ਮੈਂ ਤੇ ਮੇਰੀਆਂ ਫਰੈਂਡਸ ਨੂੰ ਪਤਾ ਆ ਜਿਨ੍ਹਾਂ ਕੋਲ ਮੈਂ ਪਹਿਲਾਂ ਕੰਮ ਕੀਤਾ ਸੀ ਫਿਰ ਉਹਨਾਂ ਨੇ ਮੈਨੂੰ ਧੀਰੇ ਧੀਰੇ ਕੀਤਾ ਕਿ ਨਹੀਂ ਏਦਾਂ ਨਹੀਂ ਆ ਇਹ ਰੂਲਸ ਹੁੰਦੇ ਆ ਇੱਦਾਂ ਉੱਦਾਂ ਥੋੜਾ ਕੰਮ ਰਹੀਦਾ ਹੁੰਦਾ ਮੈਂ ਕਿਹਾ ਠੀਕ ਆ ਚਲੋ ਉਹਨਾਂ ਨੂੰ ਇਗਨੋਰ ਕਰੀਦਾ ਹੁੰਦਾ ਮੈਨੂੰ ਚੀਜ਼ਾਂ ਸਿਖਾਈਆਂ ਗਈਆਂ ਜਦੋਂ ਮੈਂ ਨਵਾਂ ਕੰਮ ਸ਼ੁਰੂ ਕੀਤਾ ਫਿਰ ਧੀਰੇ ਧੀਰੇ ਕਰਕੇ ਮੈਂ ਉਹ ਚੀਜ਼ਾਂ ਸਿੱਖੀਆਂ ਵੀ ਆ ਸਾਰਾ ਕੁਛ ਸਿੱਖਿਆ ਕਿ ਬਈ ਇਗਨੋਰ ਕਰਨਾ ਵਾ ਇਹਨਾਂ ਨੂੰ ਦੇਖਣਾ ਨਹੀਂ ਆ ਜੇ ਇਹ ਕਈ ਲੋਕ ਫਰੈਂਡਲੀ ਹੁੰਦੇ ਬਹੁਤ ਅੱਛੇ ਲੋਕ ਹੁੰਦੇ ਨੇ NRIs ਪਾਰਟੀਆਂ ਹੁੰਦੀਆਂ ਨੇ ਬਾਹਰ ਦੀਆਂ ਜਿੰਨੀਆਂ ਵੀ ਆਈਆਂ ਉਹਨਾਂ ਵਿੱਚ ਮੈਂ ਲੱਛਰਤਾ ਨਹੀਂ ਦੇਖੀ ਜਿਹੜੇ ਇੱਥੇ ਤੁਰੇ ਫਿਰਦੇ ਨਾ ਉਹਨਾਂ ਨੂੰ ਅਕਲ ਹੱਲੇ ਆਈ ਨਹੀਂ ਆ ਕੁਛ ਕੁ ਲੋਕਾਂ ਨੂੰ ਤੇ ਉਹ ਆ ਕੇ ਬੜਾ ਵਧੀਆ ਸਾਡੇ ਨਾਲ ਗੱਲਬਾਤ ਕਰਦੇ ਬਹੁਤ ਵਧੀਆ ਰਹਿੰਦੇ ਆ ਸਾਡੇ ਨਾਲ ਹਨਾ ਤੇ ਇਹ ਕੁਛ ਕੁ ਲੋਕ ਜਿਹੜੇ 40% ਲੋਕ ਨੇ ਇਹਨਾਂ ਨੂੰ ਪਤਾ ਨਹੀਂ ਕਦੋਂ ਅਕਲ ਆਣੀ ਆ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਭਾਈ ਜੇ ਗਲਤ ਕਿਸੇ ਨੇ ਕਰਨਾ ਆ ਕੱਲੀਆਂ ਡਾਂਸਰਾਂ ਗਲਤ ਨਹੀਂ ਕਰ ਸਕਦੀਆਂ ਜਿਨ੍ਹਾਂ ਨੇ ਗਲਤ ਕਰਨਾ ਉਹ ਕਰੇ ਬਦਸਲੂਕੀ ਜਿਹੜੇ ਕਰਦੇ ਆ ਉਹ ਜਿਹੜੇ ਸਾਹਮਣੇ ਵਾਲੇ ਜਿਹੜੇ ਸਾਨੂੰ ਲੈ ਕੇ ਜਾਂਦੇ ਆ ਉਹਨਾਂ ਦੀ ਰਿਸਪੋਂਸਿਬਿਲਟੀ ਹੁੰਦੀ ਆ ਪਰ ਮੈਂ ਕਈ ਇਹੋ ਜਿਹੇ ਇੰਸੀਡੈਂਟਸ ਵੀ ਦੇਖਿਆ ਜਿੱਥੇ ਇਹ ਖੁਦ ਪਹਿਲਾਂ ਭੱਜ ਜਾਂਦੇ ਨੇ ਜਿਨ੍ਹਾਂ ਨੂੰ ਸਿਕਿਉਰਿਟੀ ਸਾਡੀ ਦਿੱਤੀ ਹੁੰਦੀ ਆ ਉਹ ਸਭ ਤੋਂ ਪਹਿਲਾਂ ਭੱਜਦੇ ਨੇ ਤੇ ਬਾਕੀ ਜੇ ਮੈਂ ਸਿਕਿਉਰਿਟੀ ਦੇਖੀ ਆ ਤੇ ਇੱਕ ਬੈਨਰ ਤੇ ਮੈਂ ਕੰਮ ਕਰਦੀ ਸੀਗੀ ਹੀਰਾ ਇੰਟਰਨੈਸ਼ਨਲ ਬੈਨਰ ਆ ਉਹਨਾਂ ਦੀ ਸਿਕਿਉਰਿਟੀ ਫੁੱਲ ਹੁੰਦੀ ਆ ਜੇ ਮੂਹਰਿਓ ਬੰਦਾ ਅਸਲਾ ਕੱਢਦਾ ਤੇ ਉਹ ਵੀ ਕੱਢ ਲੈਂਦੇ ਆ ਉਹ ਇਦਾਂ ਦੇ ਨੇ ਮਤਲਬ ਫੁੱਲ ਸਿਕਿਉਰਿਟੀ ਦਿੰਦੇ ਨੇ ਔਰ ਖੁਦ ਕਹਿੰਦੇ ਨੇ ਉਹ ਕਿ ਆਡੀਅੰਸ ਵਾਲੇ ਦੇਖਣਾ ਨਹੀਂ ਆ ਤੁਸੀਂ ਆਪਦੀ ਪਰਫਾਰਮੈਂਸ ਦੇਣੀ ਆ ਠੀਕ ਹੈ ਫਿਰ ਇਹਨਾਂ ਤੋਂ ਬਾਹਰ ਆ ਕੇ ਮੈਂ ਜਦੋਂ ਕੰਮ ਕੀਤਾ ਫਰੈਂਡ ਡੀਜੇ ਨਕੋਦਰ ਵਾਲਿਆਂ ਨਾਲ ਜੁੜੀ ਹਨਾ ਤੇ ਉਹਨਾਂ ਨੇ ਫਿਰ ਆਪਣਾ ਹੁਣ ਤੇ ਤੁਸੀਂ ਆਪ ਸੋਚੋ ਇਹਨਾਂ ਨੇ ਖੜਨਾ ਕੀ ਆ ਕਿਸੇ ਨਾਲ ਇਹਨਾਂ ਨੇ
ਆਪ ਸਟੇਟਸ ਲਿਖ ਕੇ ਪਾਤਾ ਕਿ ਜਿਹੜੇ ਬੈਨਰ ਤੇ ਵੀਡੀਓ ਵਾਇਰਲ ਹੋਈ ਉਹ ਸਾਡਾ ਬੈਨਰ ਨਹੀਂ ਹੈਗਾ, ਸਾਡੇ ਬੈਨਰ ਨੂੰ ਗਲਤ ਨਾ ਕਹੋ। ਇਹਨਾਂ ਨੂੰ ਇਹ ਨਹੀਂ ਦਿਖਿਆ ਕਿ ਜਿਹੜੀ ਕੁੜੀ ਸਾਹਮਣੇ ਡਾਂਸ ਕਰ ਰਹੀ ਆ ਉਹ ਤੁਹਾਡੀ ਸੀ, 3 ਸਾਲ 4 ਸਾਲ ਉਹਨਾਂ ਨੇ ਤੁਹਾਡੇ ਪਿੱਛੇ ਗਾਲੇ ਆ। ਸਮਝਾਉਣ ਦੀ ਕੋਸ਼ਿਸ਼ ਉਹਨਾਂ ਨੇ ਬਥੇਰੀ ਕੀਤੀ ਸੀਗੀ। ਦੇਖੋ ਉਹਨਾਂ ਦੇ ਖੁਦ ਹੀ ਆਪਣੇ ਪੈਲਸ ਦੇ ਵਿੱਚ ਵਿਚਾਰਿਆਂ ਦੀ ਖੁਦ ਦੀ ਆਪਸ ਦੀ ਵੀ ਲੜਾਈ ਹੋ ਗਈ ਸੀਗੀ। ਉਹ ਸਮਝਾ ਰਹੇ ਸੀ, ਉਹਨਾਂ ਦੀਆਂ ਲੇਡੀਜ਼ ਸਮਝਾ ਰਹੀਆਂ ਸੀਗੀਆਂ, ਤੇ ਉਹ ਆਪ ਜਿਵੇਂ ਪ੍ਰਾਹੁਣੇ ਜਿਹੜੇ ਹੁੰਦੇ ਆ ਉਹਨਾਂ ਦੇ ਜਿਵੇਂ ਮਾਸੜ ਲਾ ਲਓ ਜਿਹੜੇ ਮੱਛਰੇ ਹੁੰਦੇ ਵਿਆਹ ਦੇ, ਹਨਾ, ਤੇ ਉਹ ਜਿਹੜੇ ਬੰਦੇ ਉਹ ਆਪਦੀ ਘਰ ਵਾਲੀਆਂ ਨੂੰ ਤੱਕ ਨੂੰ ਧੱਕੇ ਮਾਰ ਰਹੇ ਸੀ। ਉਹਨਾਂ ਨੇ ਦੂਸਰਿਆਂ ਦੀ ਇੱਜ਼ਤ ਕੀ ਕਰਨੀ ਹੈ ਜੀ, ਜਦੋਂ ਉਹ ਰੋਕ ਰਹੇ ਸੀਗੇ। ਹਾਂ, ਹਾਲਾਂਕਿ ਉਹਨਾਂ ਦਾ ਹੋਰ ਬਦਸਲੂਕੀ ਕਰਨ ਦਾ ਇਰਾਦਾ ਸੀਗਾ, ਉਹਦੇ ਘਰ ਦੇ ਰੋਕਣ ਡੇ ਸੀ ਉਹਨਾਂ ਨੂੰ। ਹਾਂਜੀ ਜੀ, ਮੈਂ ਸ਼ਿਕਾਇਤ ਦਰਜ ਕਰਾਈ ਹੈ ਜੀ ਸਮਰਾਲਾ ਚ, ਤੇ ASI ਸਾਹਿਬ ਨਾਲ ਮੇਰੀ ਗੱਲ ਵੀ ਹੋਈ ਹੈ। ਹੁਣੇ ASI ਦਾ ਫੋਨ ਵੀ ਆਇਆ ਸੀ, ਕਹਿੰਦੇ ਸੀ ਕਾਰਵਾਈ ਕਰਦੇ ਆ। ਆ ਦੇਖੋ ਜੀ, ਮੈਂ ਰਾਤੀ ਹੀ 11 ਵਜੇ ਜਾ ਕੇ ਰਿਪੋਰਟ ਦਰਜ ਕਰਵਾਈ ਹੈ ਜੀ। ਕਿੰਨੇ ਲੋਕਾਂ ਦੀ ਨੀ ਹੈ, 2-3 ਤਾਂ ਵਿੱਚ ਫੁਕਰੇ ਜੇ ਸੀਗੇ, ਤੇ ਇੱਕ ਨੇ ਜਿਹੜਾ ਗਲਾਸ ਮਾਰਿਆ ਉਹ ਬਾਲਾ ਹੀ ਫੁਕਰਾ ਸੀਗਾ, ਤੇ ਬਾਅਦ ਵਿੱਚ ਸ਼ਾਇਦ ਉਹੀ ਮੇਰੇ ਕੋਲ ਵਾਪਸ ਆਇਆ ਵੀ ਸੀਗਾ ਕੈਬਿਨ ਦੇ ਵਿੱਚ ਕਿ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਇਹ ਸਭ ਚੀਜ਼ਾਂ ਝੱਲਣੀਆਂ ਪੈਣੀਆਂ, ਵਰਨਾ ਤੁਸੀਂ ਇਹ ਕੰਮ ਲਾਈਨ ਛੱਡ ਦੋ। ਕਿਉਂ, ਜਿਹੜੇ ਡਾਕਟਰ ਆ ਡਾਕਟਰ ਦੇ ਨਾਲ ਆ ਕੇ ਕੋਈ ਜ਼ਬਰਦਸਤੀ ਪੇਸ਼ੈਂਟ ਲੜਨ ਲੱਗ ਜੂਗਾ ਕਿ ਡਾਕਟਰ ਆਪਣੀ ਜੌਬ ਛੱਡ ਦੇਗਾ। ਇਹ ਮੇਰੀ ਜੌਬ ਆ, ਇਹ ਮੇਰਾ ਪ੍ਰੋਫੈਸ਼ਨ ਆ, ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਸਾਡੇ ਉੱਪਰ ਜੇ ਪੈਸੇ ਸੁੱਟਦੇ ਨੇ ਜਾਂ ਕੁਛ ਕਰਦੇ ਨੇ, ਚਲੋ ਉਹ ਇੱਕ ਕੀ ਕਹਿੰਦੇ ਆ ਉਹਨੂੰ ਅਸੀਂ ਇੱਕ ਫੈਸ਼ਨ ਬਣਾ ਲਿਆ ਹੋਇਆ ਵਾ ਪੈਸੇ ਸੁੱਟਣ ਨੂੰ, ਠੀਕ ਆ। ਅਸੀਂ ਉਸ ਚੀਜ਼ ਨੂੰ ਵੀ ਬੁਰਾ ਨਹੀਂ ਮੰਨਦੇ ਕਿ ਇਹ ਸਾਡੇ ਤੇ ਪੈਸੇ ਸੁੱਟਦੇ ਪਏ ਆ ਜਾਂ ਸਾਡੀ ਡਿਸਰਿਸਪੈਕਟ ਕਰਦੇ ਆ, ਨਹੀਂ, ਅਸੀਂ ਉਸ ਚੀਜ਼ ਨੂੰ ਵੀ ਕਹਿੰਦੇ ਚਲੋ ਠੀਕ ਆ ਯਾਰ ਇੰਜੋਏ ਕਰ ਰਿਹਾ ਪੈਸੇ ਸੁੱਟਦੇ, ਫਿਰ ਕੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਆਰਟਿਸਟਾਂ ਨੇ ਬਹੁਤ ਚੀਜ਼ਾਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਹੀਆਂ ਨੇ ਜੀ, ਪਰ ਜਦੋਂ ਕੀ ਕਹਿੰਦੇ ਆ ਨਾ ਉਬਾਲਾ ਆਉਂਦਾ ਵਾ, ਇੱਕੋ ਦਮ ਹੀ ਫਿਰ ਉਹ ਉਬਾਲਾ ਆਉਂਦਾ ਬੰਦੇ ਨੂੰ ਕਿ ਬਸ ਹੁਣ ਇਨਫ ਹੋ ਗਿਆ ਆ ਜੀ।